मामूली तकरार नूं लै के मुलजमां ने एक व्यक्ति दियां तीन उंगलां वड़ दित्तियां। मामला बटाला दे गांधी कैंप दा जिथे दो तीरां च मामूली तकरार नूं लै के खूनी झड़प हो गई। पीड़ित अशोक कुमार ने दस्या कि उन्हां दे बच्चियां दा झगड़ा होया सी, जिस तों बाद उह पुलिस नूं शिकायत दर्ज करवाउण गए ते जदों घर वापस आए तां दूजी धिर ने उन्हां ते तेज़धार हथियारां नाल हमला कर दिता। उत्थे ही दूजे पासे दूजी धिर ने इल्जाम लगाया कि अशोक कुमार ते उसदे साथियां ने उन्हां ते हमला किया। पुलिस ने दस्या कि उन्हां मुलजमां नूं गिरफ्तार कर लिया ते अगली कार्रवाई शुरू कर दिती है। ਤੇ ਸਾਹਮਣੇ ਉਹਦੇ ਪਿਓ ਦੇ ਤੇ ਉਹਦੇ ਗੱਲ ਕਰਾਤੀ ਹੈ। ਮੈਂ ਵੀ ਨਾਲ ਤੇ ਮੈਂ ਆਪਣੇ ਮੁੰਡੇ ਸੱਦਿਆ ਤੇ ਉਹਦੇ ਮੁੰਡੇ ਨੂੰ ਤੇ ਬਾਅਦ 'ਚ ਨਾ ਕੋਈ ਗੱਲਬਾਤ ਨਹੀਂ। ਉਹ ਕਹਿੰਦਾ ਸੀ ਕਿ ਚੁਕਾ ਦਾਂਗਾ ਤੇਰੇ ਮੁੰਡੇ ਨੂੰ। ਮੈਂ ਕਿਹਾ ਉਹ ਚੁਕਾ ਦੇਗਾ ਹੈਂ। ਬਾਅਦ 'ਚ ਮੈਂ ਚੱਲ ਕੋਈ ਗੱਲ ਨਹੀਂ, ਉਹ ਗਾਲਾਂ ਕੱਢਣ ਲੱਗ ਪਿਆ ਰੋਡ ਦੇ ਉੱਤੇ ਹੀ ਬੰਦੀਆਂ ਬੰਦੀਆਂ। ਬਾਅਦ 'ਚ ਮੁੰਡੇ ਹੱਥੋਂ ਪਾਈ ਹੋ ਗਏ। ਬਾਅਦ 'ਚ ਉਹ ਪਰਚਾ ਦੇਣ ਚੱਲ ਗਏ ਸਿਵਲ ਲੈਣ, ਅਸੀਂ ਚੌਂਕੀ ਪਰਚਾ ਦੇਣ ਆ ਗਏ ਅਤੇ ਦੇ ਕੇ ਅਸੀਂ ਜਾਣ ਗਏ ਪਰਚਾ ਘਰ। ਅੱਗੇ ਕਿਰਪਾਨਾ ਦਾਤਰ ਲੈ ਕੇ ਬੜੇ ਬੈਸਟ ਕੋਲ। ਕੌਣ ਕੌਣ ਉਹਦਾ? ਇੱਕ ਨਾਮ ਲਓ ਸਾਰਿਆਂ ਦਾ। ਇੱਕ ਰਕੇਸ਼ ਸੀ ਜਿਹਨੇ ਮੇਰੀਆਂ ਉਂਗਲਾਂ ਵੱਢੀਆਂ। ਰਕੇਸ਼ ਕੌਣ ਹੈ? ਜਿਹਨੇ ਉਂਗਲਾਂ ਵੱਢੀਆਂ। ਕਿੱਥੋਂ ਦਾ? ਲਾਗੇ ਹੀ ਉੱਥੇ ਕੈਂਪ ਦਾ ਹੀ ਹੈ। ਕਦੇ ਨਾ ਵੱਢੀਆਂ ਕਿਰਪਾਨ ਨਾਲ। ਤੁਹਾਨੂੰ ਉਂਗਲਾਂ ਵੱਢਣ ਵੇਲੇ ਕਿੰਨੇ ਕਿੰਨੇ ਫੜਿਆ ਸੀ? ਫੜਿਆ ਨਹੀਂ ਕਿਸੇ ਨੇ, ਉਹਨਾਂ ਇੱਕ ਨੇ ਕਿਰਪਾਨ ਮਾਰੀ, ਇੱਕ ਨੇ ਬੈਸਟ ਬੋਲ ਮਾਰਿਆ। ਫੜਿਆ ਨਹੀਂ ਹਜੇ ਤਾਂ। ਮੈਂ ਚੌਂਕੀ ਰਿਪੋਰਟ ਦੇ ਕੇ ਨਾ ਅਸੀਂ ਘਰ ਪੁੱਜੇ ਵੀ ਨਹੀਂ। ਮੈਂ ਭਾਅ ਜੀ ਕੰਮ ਤੋਂ ਆਇਆ ਵਾਂ ਅਤੇ ਪਿੱਛੋਂ ਮੇਰੇ ਭਤੀਜਾ ਨੂੰ ਲੜਨ ਡੇ ਸੀ। ਪਹਿਲਾਂ ਇੱਕ ਦੋ ਦਿਵਾਲੀ ਹੋਇਆ ਝਗੜਾ ਅਤੇ ਹੁਣ ਸਾਮੀ ਫਿਰ ਹੁੰਦਾ ਪਿਆ ਸੀ ਅਤੇ ਮੈਂ ਕੰਮ ਤੋਂ ਆਇਆ ਵਾਂ। ਅੱਗੇ ਵੇਖਿਆ ਝਗੜਾ ਹੋਣ ਡਿਆ ਵਾ। ਮੇਰਾ ਭਰਾ ਉਹ ਆਪਣੇ ਸਿੰਘ ਸਾਹਿਬ ਆ, ਉਹਨਾਂ ਕੋਲ ਸ਼੍ਰੀ ਸਾਹਿਬ ਖੋਣ ਡੇ ਸੀ ਅਤੇ ਉਹ ਖੋਹਦੇ ਖੋਹਦੇ ਉਹਦੇ ਹੱਥ 'ਚ ਫਿਰ ਗਈ। ਉਹੀ ਸ਼੍ਰੀ ਸਾਹਿਬ ਮੇਰੇ ਭਰਾ ਦੇ ਮਾਰੀ ਇਹਨਾਂ ਨੇ, ਠੀਕ ਹੈ ਜੀ। ਮੇਰੇ ਵੀ ਉਹੀ ਮਾਰੀ ਆ, ਮੇਰੇ ਭਤੀਜੇ ਲੱਖ 'ਚ ਵੀ ਉਹੀ ਮਾਰੀ ਆ ਜੀ। ਇਹਨਾਂ ਦੇ ਘਰ ਭਾੜੀ 8-10 ਮੁੰਡੇ ਸੀ ਜਿਹੜੇ ਫੈਮਿਲੀ ਪੂਰੀ ਬੜੀ ਤਕੜੀ ਫੈਮਿਲੀ। ਸਾਡਾ ਘਰ ਇਕੱਲਾ ਕੜਾ ਜੀ, ਅਸੀਂ ਤਾਂ ਇਕੱਲੇ ਇਕੱਲੇ ਰਹਿੰਦੇ ਪਏ ਹਾਂ। ਅਤੇ ਮੇਰਾ ਭਤੀਜਾ ਵਾ ਅਤੇ ਨਾਲ ਮੇਰਾ ਭਰਾ ਸੀ ਵੱਡਾ, ਇਹ ਤਿੰਨ ਜਣੇ ਹੈ। ਅਤੇ ਇਹ ਜੀ ਸਾਡਾ ਬਹੁਤ ਨੁਕਸਾਨ, ਘੜੇ ਘੜ ਧੁਲ ਭੰਨ ਤੁਰ ਗਈ, ਇੱਟਾਂ ਚਲਾਈਆਂ ਨੇ ਘੜੇ ਵੱਡਾ ਬੜੀ ਧੁਲ ਭੰਨ ਤੁਰ ਗਈ। ਦੇਖੀ ਇੱਕ ਪਾਸਿਓਂ ਬਾਊ ਪੁੱਤਰ ਚੁੰਨੀਲਾਲ ਅਤੇ ਬੱਬੀ ਪੁੱਤਰ ਬਾਊ, ਇਹਨਾਂ ਦੇ ਕਾਫੀ ਸੱਟਾਂ ਲੱਗੀਆਂ ਨੇ। ਇਹ ਸਿਵਲ ਹਸਪਤਾਲ 'ਚ ਦਾਖਲ ਹੋਏ ਨੇ ਅਤੇ ਇਹਨਾਂ ਨੂੰ ਗਾਂ ਦਾ ਆਪਣੇ ਰੈਫਰ ਕਰਤਾ ਵਾ, ਐੱਮ ਐੱਲ ਆਰ ਇਹਨਾਂ ਦੇ ਜਾਰੀ ਕੀਤੇ ਗਏ ਨੇ। ਦੂਜੇ ਪਾਸਿਓਂ ਰਕੇਸ਼ ਕੁਮਾਰ ਨਿਹੰਗ ਪੁੱਤਰ ਮਤਲਬ ਪ੍ਰਕਾਸ਼ ਸਿੰਘ ਅਤੇ ਸਾਹਿਲ ਪੁੱਤਰ ਪਵਨ ਕੁਮਾਰ ਇੰਜਰਡ ਹੋਏ ਨੇ, ਇਹਨਾਂ ਨੂੰ ਦਾਖਲ ਕਰਾਇਆ ਗਿਆ ਵਾ। ਇਹਨਾਂ ਦੋਵਾਂ ਬੰਦਿਆਂ 'ਤੇ ਆਪਾਂ ਗਾਰਡ ਲਾਤੀ ਆ, ਕਿਉਂਕਿ ਇਹਨਾਂ ਨੇ ਬਾਊ ਅਤੇ ਮਤਲਬ ਬੱਬੀ ਦੀਆਂ ਸੱਟਾਂ ਬਹੁਤ ਜ਼ਿਆਦਾ ਲਗਾਈਆਂ ਸੀ, ਜਿਹਦੇ ਕਰਕੇ ਉਹ ਸੀਰੀਅਸ ਨੇ। ਉਹਨਾਂ ਨੂੰ ਰੈਫਰ ਕਰ ਦਿੱਤਾ ਗਿਆ ਵਾ ਅਤੇ ਇਹਨਾਂ ਦੇ ਵੀ ਸੱਟਾਂ ਲੱਗੀਆਂ, ਇਹਨਾਂ ਨੂੰ ਵੀ ਇੱਥੇ ਐਡਮਿਟ ਕਰਵਾਇਆ ਗਿਆ ਵਾ, ਜਿਨ੍ਹਾਂ 'ਤੇ ਗਾਰਡ ਲਗਾ ਦਿੱਤੀ ਗਈ ਹੈ। ਦੋਵਾਂ ਦੇ ਐੱਮ ਐੱਲ ਆਰ ਡਾਕਟਰ ਸਾਹਿਬ ਵੱਲੋਂ ਜਾਰੀ ਕੀਤੇ ਗਏ ਨੇ। ਉਹਦੇ ਮੁਤਾਬਕ ਆਪਾਂ ਇਹਨਾਂ ਦੇ ਸਟੇਟਮੈਂਟ ਲੈ ਕੇ ਅਗਲੀ ਕਾਰਵਾਈ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਕਾਰਨ ਬੱਚਿਆਂ ਦੀ ਲੜਾਈ ਹੋਈ ਹੈ, ਕਿਤੇ ਬੱਚਿਆਂ ਤੋਂ ਛੋਟੇ ਬੱਚਿਆਂ ਤੋਂ ਲੜਾਈ ਹੋਈ ਆ ਅਤੇ ਉਹਦੇ ਕਰਕੇ ਇਹਨਾਂ ਦਾ ਵਧਾਉਣ ਹੋਇਆ ਵਾ। ਕੋਈ ਆਪਣੇ ਮੇਜਰ ਇਹਨਾਂ ਦਾ ਕੋਈ ਨਹੀਂ ਆ, ਬੱਚਿਆਂ ਦੀ ਲੜਾਈ ਕਰਕੇ ਹੀ ਹੋਇਆ ਜੋ ਹੋਇਆ। ਦੋ ਜਣੇ ਆ ਜੀ, ਰਕੇਸ਼ ਕੁਮਾਰ ਨਿਹੰਗ ਅਤੇ ਸਾਹਿਲ। ਕਿਰਪਾਨ ਲਈ ਹੈ ਜੀ, ਇੱਕ ਰਕੇਸ਼ ਕੁਮਾਰ ਨਿਹੰਗ ਦੀ ਕਿਰਪਾਨ ਜਿਹੜੀ ਆ ਪੁਲਿਸ ਕਬਜ਼ਾ ਵਿੱਚ ਲਈ ਗਈ ਹੈ। ਰਕੇਸ਼ ਕੁਮਾਰ ਪੁੱਤਰ ਪ੍ਰਕਾਸ਼। Subscribe to One India channel and never miss an update.